ਮਾਂ ਦਾ ਦਰਜਾ ਅਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਸੱਖਣੇ ਮਨੁੱਖ ਦੀ ਜ਼ਿੰਦਗੀ ਨਾਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ। ਮਾਤਾ ਦਲੀਪ ਕੌਰ ਜੀ, ਮਾਤਾ ਦਲੀਪ ਕੌਰ ਜੀ ਇੱਕ ਬਹੁਤ ਹੀ ਚੰਗੇ ਅਤੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਵਿੱਚ ਅਥਾਹ ਵਿਸ਼ਵਾਸ ਸੀ। ਆਪ ਜੀ ਨੇ ਆਪਣੇ ਬੱਚਿਆਂ ਨੂੰ ਵੀ ਆਪਣੇ ਹੀ ਅਪਣਾਏ ਮਾਰਗ ਤੇ ਚੱਲਣ ਦੀ ਸਿੱਖਿਆ ਦਿੱਤੀ। ਆਪ ਜੀ ਦੇ ਬੇਟੇ ਸਰਦਾਰ ਕੁਲਵੀਰ ਸਿੰਘ ਜੀ ਰਾਹੋਂ ਦੇ MC ਹਨ ਅਤੇ ਸਮਾਜ ਸੇਵਾ ਦੇ ਕੰਮਾਂ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਹਨ। ਸਭ ਤੋਂ ਵੱਡੀ ਗੱਲ, ਉਹ ਆਪਣੀ ਮਾਤਾ ਜੀ ਦੇ ਪਾਏ ਪੂਰਨਿਆਂ ਤੇ ਚੱਲ ਕੇ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ। ਮਾਤਾ ਦਲੀਪ ਕੌਰ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਅੱਡਾ ਲਾਰਿਆਂ ਰਾਹੋਂ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ।
ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਰਦਾਰ ਪਿਆਰਾ ਸਿੰਘ ਜੋ ਕਿ ਨਿੱਕ ਨਾਮ ਨਾਲ ਕਾਲਾ ਸਿੰਘ ਦੇ ਨਾਮ ਨਾਲ ਜ਼ਿਆਦਾ ਜਾਣੇ ਜਾਂਦੇ ਸੀ, ਇਹਨਾਂ ਦੇ ਕਬੀਰ ਸਿੰਘ ਦੇ ਨਾਨਾ ਜੀ, ਉਹਨਾਂ ਕੋਲ ਗੁਣਾਂ ਦੀ ਗੁੜਤੀ ਉਹਨਾਂ ਕੋਲ ਕਾਲਕਾਏ ਹੱਥੋਂ ਦੇ ਵਾਲੀ ਗੱਲ ਉਹਨਾਂ ਕੋਲ ਪ੍ਰਾਪਤ ਹੋਈ ਅਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਸਰਦਾਰ ਜਗਤਾਰ ਸਿੰਘ ਜੋ ਕੈਨੇਡਾ ਵਿੱਚ ਰਹਿੰਦੇ, ਇਹਨਾਂ ਦੇ ਬ੍ਰਦਰ ਨਾਲ ਸੰਖੇਪ ਦੀ ਜਾਣਕਾਰੀ ਪਰਿਵਾਰ ਬਾਰੇ ਦਿਆਂਗਾ, ਬੁਲਾਇਆਂ ਨੂੰ ਸੌਖਾ ਹੋ ਜਾਵੇ। ਔਰ ਸਰਦਾਰ ਕਬੀਰ ਸਿੰਘ ਜੋ ਇੱਥੇ ਵਸਦੇ ਹਨ, ਇਲਾਕੇ ਵਿੱਚ ਉਹਨਾਂ ਦੀ ਗੱਲ ਹੈ। ਇਹ ਇੱਕ ਐਸਾ ਪਰਿਵਾਰ ਆ, ਪਰਮਾਤਮਾ ਦੀ ਐਸੀ ਇਸ ਪਰਿਵਾਰ ਤੇ ਕਿਰਪਾ ਆ, ਮਿਹਰ ਆ। ਸੋ ਪਰਮਾਤਮਾ ਨੇ ਜਿੰਨਾ ਇਹਨਾਂ ਨੂੰ ਦਿੱਤਾ ਉਸ ਤੋਂ ਜ਼ਿਆਦਾ ਉਹਨੇ ਇਹਨਾਂ ਨੂੰ ਸ਼ਕਤੀ ਦਿੱਤੀ ਆ, ਬਲ ਦਿੱਤਾ ਵਾ, ਉਹ ਜ਼ਰੂਰਤਮੰਦਾਂ ਦੀ, ਗਰੀਬਾਂ ਦੀ ਸੇਵਾ ਕਰਨ ਵਾਸਤੇ ਵੀ। ਸੋ ਇਸ ਪਰਿਵਾਰ ਦੀ ਖਾਸੀਅਤ ਆ, ਜੋ ਵੀ ਇਹਨਾਂ ਦੇ ਘਰ ਕੋਈ ਜ਼ਰੂਰਤਮੰਦ ਗਰੀਬ ਕਦੇ ਕਿਸੇ ਵੇਲੇ ਵੀ ਜਾਂਦਾ, ਸੋ ਨਿਸੰਕੋਚ ਹਰ ਵੇਲੇ ਇਹਨਾਂ ਦਾ ਮਨ ਤਤਪਰ ਰਹਿੰਦਾ ਕਿ ਉਸਦੀ ਸੇਵਾ ਕੀਤੀ ਜਾਵੇ, ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕੀਤੀ ਜਾਵੇ, ਚਾਹੇ ਉਹ ਕਿਸੇ ਕਿਸਮ ਦੀ ਹੋਵੇ। ਸੋ ਇਸ ਪਰਿਵਾਰ ਦਾ ਸਾਡੇ ਸ਼ਹਿਰ ਦੇ ਵਿੱਚ ਹੀ ਨਹੀਂ, ਇਲਾਕੇ ਦੇ ਵਿੱਚ ਵੀ ਬੜਾ ਨਾਂ ਆ। ਇੱਥੇ ਵੀ ਕਿਸੇ ਕਿਸਮ ਦਾ ਕੋਈ ਧਾਰਮਿਕ ਕੰਮ ਹੁੰਦਾ, ਸਮਾਜਿਕ ਕੰਮ ਹੁੰਦਾ ਜਾਂ ਸੋਸ਼ਲੀ ਹੁੰਦਾ, ਉਹਦੇ ਵਿੱਚ ਕਿਸੇ ਕਿਸਮ ਦੀ ਸੇਵਾ ਹੁੰਦੀ, ਬੜਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ। ਜਾਂ ਉੱਥੋਂ ਵੀ ਮੈਨੂੰ ਵੀ ਪੁੱਛਦੇ ਰਹਿੰਦੇ ਆ ਕਈ ਵਾਰੀ, ਜਦੋਂ ਗੱਲਬਾਤ ਹੁੰਦੀ ਵੀ ਮੈਂ ਕੀ ਮਦਦ ਕਰ ਸਕਦਾ, ਜਾਂ ਕਿਤੇ ਕੋਈ ਸੇਵਾ ਕਰਾਉਣੀ ਦੱਸ ਜਾਂ ਕੋਈ ਹੋਰ ਕਰਨਾ। ਸੋ ਇਹ ਜਿਹੜੇ ਸੰਸਕਾਰ ਆ, ਸੇਵਾ ਦੇ ਸੰਸਕਾਰ ਪਰਿਵਾਰ ਦੇ ਵਿੱਚੋਂ ਮਿਲੇ ਆ, ਬੀਜੀ ਦੀ ਸਭ ਦੇਣ ਆ। ਸਤਸੰਗ ਜੀ, ਮਾਂ ਦਾ ਦੁੱਖ ਜਦੋਂ ਵਿਛੜਦੀ ਹੈ ਉਸ ਇਨਸਾਨ ਨੂੰ ਪਤਾ ਹੈ। ਸਿਆਣੇ ਕਹਿ ਗਏ, ਮਾਂ ਹੁੰਦੀ ਆ ਮਾਂ ਦੁਨੀਆਂ ਵਾਲਿਓ, ਮਾਂ ਹੁੰਦੀ ਆ ਠੰਡੀ ਛਾਂ ਦੁਨੀਆਂ ਵਾਲਿਓ। ਥੋੜੇ ਮਹੀਨੇ ਪਹਿਲਾਂ ਸਾਨੂੰ ਵੀ ਸਾਡੀ ਮਾਤਾ ਵਿਛੋੜਾ ਦੇ ਗਈ, ਪਰ ਨਹੀਂ ਚੱਲ ਰਹੀ। ਮਾਂ ਦੀ ਪੂਜਾ, ਰੱਬ ਦੀ ਪੂਜਾ, ਮਾਂ ਤੋਂ ਬਿਨਾਂ ਕੋਈ ਹੋਰ ਨਾ ਦੂਜਾ। ਪਰਮ ਸਤਿਕਾਰਯੋ ਜੁਗੋ ਜੁਗੰਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਸਤਿ ਸ੍ਰੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੀ ਜਿਹੜੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਤੇ ਮਾਂ ਬਾਪ ਸਾਰੀ ਗੱਲ ਸਾਚਾ। ਕਿ ਜੋ ਜੀਵ ਇਸ ਦੁਨੀਆਂ ਤੇ ਆਉਂਦਾ ਉਹਨੇ ਜਾਣਾ ਜ਼ਰੂਰ ਆ, ਕਿਉਂਕਿ ਬਾਣੀ ਦਾ ਫਰਮਾਨ ਹੈ ਕਿ ਮਰਨ ਲਿਖਾਏ ਮੰਡਲ ਮੇ ਆ, ਸਮਾਂ ਤੇ ਸਥਿਤੀ ਦਾ ਤੈਸ। ਅੱਜ ਮੈਨੂੰ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ, ਭਾਵੇਂ ਬੌਬੀ ਜੀ ਨੇ, ਭਾਵੇਂ ਹੋਰ ਬੁਲਾਰਿਆਂ ਨੇ, ਜਿਵੇਂ ਮਾਤਾ ਜੀ ਦੀ ਸ਼ਖਸੀਅਤ ਦਾ ਜ਼ਿਕਰ ਕੀਤਾ, ਉਵੇਂ ਪਰਿਵਾਰ ਦੀ ਸ਼ਖਸੀਅਤ ਦਾ ਵੀ ਜ਼ਿਕਰ ਕੀਤਾ। ਉਸਤਾਦ ਪਿਆਰਾ ਸਿੰਘ ਹੋਣਾ ਦਾ ਜ਼ਿਕਰ ਵੀ ਮਲਕੀਤ ਸਿੰਘ ਜੀ ਹੋਣਾ ਨੇ ਕੀਤਾ। ਮੈਂ ਉਹਨਾਂ ਗੱਲਾਂ ਦੀ ਤਾਇਦ ਕਰਾਂ, ਕਿਉਂਕਿ ਪਰਿਵਾਰ ਦੇ ਜਿਹੜੇ ਬਜ਼ੁਰਗ ਹੁੰਦੇ ਉਹਨਾਂ ਤੋਂ ਹੀ ਕੁਝ ਸਿੱਖਿਆ ਜਾ ਸਕਦਾ। ਜੇ ਆਪਾਂ ਗੱਲ ਕਰਦੇ ਹਾਂ ਸਰ ਕੁਲਵੀਰ ਸਿੰਘ ਜੀ ਹੋਣਾ ਦੀ, ਸਰ ਜਗਤਾਰ ਸਿੰਘ ਹੋਣਾ ਦੀ, ਵੀ ਪਹਿਰਾ ਦਿੰਦੇ ਨੇ ਸੱਚ ਤੇ, ਤੁਹਾਡੀ ਲੜਾਈ ਲੜਦੇ ਨੇ, ਸਮਾਜ ਦੀ ਲੜਾਈ ਲੜਦੇ ਨੇ, ਇਲਾਕੇ ਦੀ ਲੜਾਈ ਲੜਦੇ ਨੇ। ਪਰ ਇਹਨਾਂ ਦੇ ਗੁਣ ਜੇ ਕਿਸੇ ਕੋਲ ਆਏ, ਸਭ ਤੋਂ ਵੱਡਾ ਜੇ ਕਿਸੇ ਦਾ ਪਰਛਾਵਾਂ ਹੁੰਦਾ ਤਾਂ ਮੈਂ ਕਹਿ ਸਕਦਾ ਮਾਂ ਦਾ। ਮਾਂ ਦੇ ਸਿੱਖਿਆ ਤੋਂ ਬਗੈਰ, ਮਾਂ ਦੇ ਹੌਸਲੇ ਤੋਂ ਬਗੈਰ ਕੋਈ ਲੜਾਈ ਨਹੀਂ ਲੜ ਸਕਦਾ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਮਾਤਾ ਦਲੀਪ ਕੌਰ ਜਿਨ੍ਹਾਂ ਨੇ ਕਿ ਸਾਨੂੰ ਯਾਨੀ ਕਿ 12 ਤਰੀਕ ਨੂੰ ਵਿਛੋੜਾ ਕਰ ਗਏ ਸਾਡੇ ਨਾਲ, ਅਤੇ ਬਹੁਤ ਵਧੀਆ ਜੀਵਨ ਬਤੀਤ ਕੀਤਾ ਔਰ ਸਾਨੂੰ ਵਧੀਆ ਸਿੱਖਿਆ ਦਿੱਤੀ ਮਹਾਰਾਜ ਨਾਲ ਜੁੜਨ ਦੀ, ਸਮਾਜ ਦੀ ਸੇਵਾ ਕਰਨ ਵਾਸਤੇ, ਅਤੇ ਕਿਸੇ ਗਰੀਬ ਜਨਤਾ ਦਾ ਕੋਈ ਯਾਨੀ ਕਿ ਵਧੀਆ ਕੋਈ ਕਿਸੇ ਤੋਂ
दान पुन पहला उन्होंने कहना भी उन्होंने जाने की सेवा करो, तिल फुल जो भी है किसी गरीब न महाराज घर जरूर जाने के चढ़ाना, लंगर पानी च वध चढ़ के सेवा करनी, गुरु घर के नाल वध करके जुड़ना जाने के, तो बहुत वधिया जीवन अपना बतीत किया उन्होंने। मैं तो मेरा वड्डा ब्रदर जिदा भी सारिया संगत सारे जिने रिश्तेदार दुख साडे आ के सज्जन मित्र और जिन्हें साढ़े को राजनीति या सज्जन मित्र भरा सारे का अं धन्यवाद करते हैं। वाहगुरू खालसा वाहगुरू फतह।